ਸਤਨਾਮ ਸ੍ਰੀ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਸਾਹਿਬ ਜੀ, ਜੀ, ਸਤਿਗੁਰ ਸਤਿਗੁਰ ਨਾਨਕ ਨਾਨਕ ਪ੍ਰਗਟਿਆ, ਪ੍ਰਗਟਿਆ, ਮਿਟੀ ਮਿਟੀ ਧੁੰਦ ਧੁੰਦ ਜਗ ਜਗ ਚਾਨਣ ਚਾਨਣ ਹੋਆ, ਹੋਆ, ਜਿਉਂ ਜਿਉਂ ਕਰ ਕਰ ਸੂਰਜ ਸੂਰਜ ਨਿਕਲਿਆ, ਨਿਕਲਿਆ, ਤਾਰੇ ਤਾਰੇ ਛਪੇ ਛਪੇ ਅੰਧੇਰ ਅੰਧੇਰ ਪਲਵਾ। ਪਲਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਸਨਮਾਨਯੋਗ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਨੇ ਬਹੁਤ ਅਪਾਰ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਜੀ ਨੇ ਦੀਨ ਦੁਨੀਆ ਦਾ ਭਲਾ ਕਰਨ ਵਾਸਤੇ, ਦੁਨੀਆ ਦੇ ਲੋਕਾਂ ਨੂੰ ਜਗਾਉਣ ਵਾਸਤੇ ਜੁਗਾਂ ਜੁਗਾਂ ਵਿੱਚ ਅਵਤਾਰ ਧਾਰਨ ਕੀਤੇ ਆ। ਗੁਰੂ ਨਾਨਕ ਸਾਹਿਬ ਜੀ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਤਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ, ਉਸ ਵਕਤ ਦਾ ਕੀ ਸੰਪੂਰਨ ਇਤਿਹਾਸ ਹੈ, ਕਿਵੇਂ ਕਿਵੇਂ ਮਹਿਤਾ ਕਾਲੂ ਜੀ ਦਾਈ ਦੌਲਤਾਂ ਦੀ ਆਪਸ ਵਿੱਚ ਵਿਚਾਰ ਹੋਈ ਆ, ਕਿਵੇਂ ਉਹ ਬ੍ਰਾਹਮਣ ਚੱਲ ਕੇ ਆਇਆ ਸੀ, ਇਹ ਕਥਾ ਭਾਈ ਬਾਲਾ ਜੀ ਜਿਵੇਂ ਜਿਵੇਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਸੁਣਾ ਰਹੇ ਆ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਹਨਾਂ ਦੀ ਪਾਵਨ ਰਚਨਾ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਆਓ ਆਪਾਂ ਸਰਵਣ ਕਰਦੇ ਹਾਂ। ਵਾਹਿਗੁਰੂ ਸਾਹਿਬ ਸਾਹਿਬ ਜੀ ਜੀ ਕਹਿ ਬਾਲਾ ਸ਼੍ਰੀ ਅੰਗਦ ਸੁਣੀਏ, ਸ਼੍ਰੀ ਗੁਰ ਕਥਾ ਬਿਮਲ ਗੁਣ ਗੁਣੀਏ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕਹਿਣ ਲੱਗੇ, ਹੁਣ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਸੁੰਦਰ ਕਥਾ ਸੁਣਨੀ ਕਰੋ ਜੀ। ਭਈ ਭੋਰ ਨਿਜ ਦਾਸ ਬੁਲਾਇਆ, ਦਿਜ ਪਰ ਸਦਨ ਜਾਹ ਤੂੰ ਧਾਇਆ। ਜਦੋਂ ਸਵੇਰ ਹੋਈ, ਮਹਿਤਾ ਕਾਲੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਤਾ ਜੀ ਉਹਨਾਂ ਨੇ ਆਪਣੇ ਨੌਕਰ ਨੂੰ ਬੁਲਾਇਆ, ਕਹਿਣ ਲੱਗੇ ਕਿ ਤੂੰ ਬ੍ਰਾਹਮਣ ਦੇ ਘਰੇ ਚਲਾ ਜਾ ਹੁਣ। ਦੈਵਗ ਜੋ ਹਰ ਦਿਆਲ ਪਰਵੀਨਾ, ਆਨੋ ਤਾਹੇ ਬਿਲੰਬ ਬਿਹੀਨਾ। ਜਿਹੜਾ ਬ੍ਰਾਹਮਣ ਹਰਦਿਆਲ ਪੰਡਿਤ ਆ, ਉਹਨੇ ਜੋਤਿਸ਼ ਪੜ੍ਹੀ ਹੋਈ ਆ। ਦੇਖੋ ਇਹ ਗੱਲ ਨੂੰ ਇਸ ਪਾਸੇ ਨਹੀਂ ਲੈਣਾ ਕਿ ਗੁਰੂ ਜੀ ਦੇ ਪਿਤਾ ਜੀ ਜੋਤਿਸ਼ੀ ਨੂੰ ਬੁਲਾ ਰਹੇ ਆ, ਕਿਉਂਕਿ ਉਦੋਂ ਅਜੇ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ ਹੀ ਆ ਅਜੇ ਸੱਚੇ ਪਾਤਸ਼ਾਹ ਜੀ ਦਾ, ਤਾਂ ਉਦੋਂ ਵੈਦਿਕ ਮਤ ਸਨਾਤਨ ਧਰਮ ਦੁਨੀਆ ਵਿੱਚ ਫੈਲਿਆ ਹੋਇਆ ਹੈ। ਅਤੇ ਉਹਨਾਂ ਨੇ ਵੀ ਉਹ ਜੋ ਰਵਾਇਤ ਚੱਲਦੀ ਸੀ, ਪਿਤਾ ਜੀ ਨੇ ਆਖਿਆ ਵੀ ਜੋਤਿਸ਼ੀ ਨੂੰ ਬੁਲਾਉਣਾ ਕਰੀਏ ਹੁਣ। ਸੁਨਤ ਦਾਸ ਬਿਜ ਸਦਨ ਸਜਾਈ, ਦਰ ਪਰ ਤਿਸ਼ਟ ਗੁਹਾਰ ਸੁਣਾਈ। ਇਹ ਸੁਣ ਕੇ ਨੌਕਰ ਬ੍ਰਾਹਮਣ ਦੇ ਘਰ ਵੱਲ ਚਲਾ ਗਿਆ, ਘਰ ਦੇ ਦਰਵਾਜ਼ੇ ਤੇ ਜਾ ਕੇ ਬ੍ਰਾਹਮਣ ਨੂੰ ਆਵਾਜ਼ ਮਾਰੀ ਹੈ। ਸ਼ਰੁਤਵਾ ਬਚਨ ਬਿਪਰ ਹਰ ਦਿਆਲਾ, ਆਲੇ ਦਰ ਨਿਕਸਿਓ ਤਤਕਾਲਾ। ਉਹ ਪੰਡਿਤ ਹਰਦਿਆਲ ਜੀ ਨੇ ਸੱਚਮੁੱਚ ਹੀ ਵਿੱਦਿਆ ਪੜ੍ਹੀ ਆ, ਜੋਤਿਸ਼ ਬਾਹਰ ਆਇਆ ਹੈ ਆਵਾਜ਼ ਸੁਣ ਕੇ। ਦਿਜੂ ਕਾਲੂ ਮੁਝੇ ਬਚਨ ਅਲਾਇਆ, ਚਲੋ ਆਪ ਤਤਕਾਲ ਬੁਲਾਇਆ। ਫਿਰ ਉਹ ਨੌਕਰ ਨੇ ਆਖਿਆ, ਪੰਡਿਤ ਜੀ ਮਹਿਤਾ ਕਾਲੂ ਜੀ ਪਟਵਾਰੀ ਜੀ ਨੇ ਮੈਨੂੰ ਤੁਹਾਡੇ ਕੋਲ ਭੇਜਿਆ, ਉਹਨਾਂ ਦੇ ਘਰੇ ਜਲਦੀ ਚਲਣਾ ਕਰੋ ਜੀ। ਕਹਿ ਦਿਜ ਹਉ ਆਵੋ ਕਰ ਪੂਜਾ, ਬਹੁਰ ਕਰੋ ਨਹਿ ਕਾਰਜ ਦੂਜਾ। ਬ੍ਰਾਹਮਣ ਕਹਿਣ ਲੱਗਾ, ਫਿਕਰ ਨਾ ਕਰੋ, ਮੈਂ ਪੂਜਾ ਕਰਕੇ ਪਹੁੰਚ ਜਾਵਾਂਗਾ, ਕੋਈ ਦੂਜਾ ਕੰਮ ਨਹੀਂ ਕਰਾਂਗਾ। ਸੁਨ ਉਤਰ ਕੋ ਤਿਸ਼ਨ ਦਾਸਾ, ਕਾਲੂ ਪਾਸ ਕਰੀ ਅਰਦਾਸਾ। ਬ੍ਰਾਹਮਣ ਦਾ ਉੱਤਰ ਸੁਣ ਕੇ ਨੌਕਰ ਘਰ ਨੂੰ ਚਲਾ ਗਿਆ, ਮਹਿਤਾ ਕਾਲੂ ਜੀ ਕੋਲ ਜਾ ਕੇ ਬੇਨਤੀ ਕੀਤੀ ਹੈ। ਘਟੀ ਪਾਂਚ ਲੋ ਅਰਣਾ ਕਰਕੇ, ਆਇਓ ਦਵਿਜ ਸ਼ੁਭ ਸ਼ਗਨ ਵਿਚਰਕੇ। ਫਿਰ ਐਵੇਂ ਬ੍ਰਾਹਮਣ ਉੱਥੇ ਪਹੁੰਚ ਗਿਆ, ਮਹਿਤਾ ਕਾਲੂ ਜੀ ਨੂੰ ਆਸ਼ੀਰਵਾਦ ਦਿੱਤਾ ਹੈ, ਬਹੁਤ ਪ੍ਰਸੰਨ ਹੋਇਆ।
ਬ੍ਰਾਹਮਣ ਨੂੰ ਲੈ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਤਾ ਜੀ ਵਿਹੜੇ ਵਿੱਚ ਆ ਜਾਂਦੇ ਆ। ਬੜੇ ਆਦਰ ਦੇ ਨਾਲ ਆਸਣ ਡਾਹ ਦਿੱਤਾ ਹੈ, ਪ੍ਰੇਮ ਨਾਲ ਬਿਠਾਇਆ ਤੇ ਕਹਿਣ ਲੱਗੇ ਹਨ, ਕਹਿ ਕਾਲੂ ਸੁਨ ਸ਼੍ਰੋਣ ਦਜਿੰਦੂ ਦਇਓ ਸਦਨ ਮਮ ਤਾਤ ਗੋਬਿੰਦੂ। ਮੈਂ ਤਾਂ ਕਾਲੂ ਜੀ ਕਹਿਣ ਲੱਗੇ, ਸ੍ਰੇਸ਼ਟ ਬ੍ਰਾਹਮਣ ਜੀ, ਮੈਂ ਆਪ ਜੀ ਨੂੰ ਬਚਨ ਕਰਨੇ ਆ। ਰੱਬ ਨੇ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਹੈ, ਮੇਰੇ ਤੇ ਕਿਰਪਾ ਕਰੋ ਜੀ, ਕੋਈ ਮਹੂਰਤ ਵਿਚਾਰੋ ਜੀ। ਭੇਦ ਸ਼ੁਭਾ ਸ਼ੁਭ ਸਭ ਲਖ ਲੀਜੈ, ਭਵ ਪੁੱਤਰੀ ਇਸ ਕੀ ਲਿਖ ਦੀਜੈ। ਚੰਗੇ ਮੰਦੇ ਜਿਹੜੇ ਗ੍ਰਹਿ ਹੁੰਦੇ ਆ, ਭੇਤ ਉਹਨਾਂ ਨੂੰ ਸਮਝ ਲਵੋ ਤੇ ਮੇਰੇ ਬਾਲਕ ਦੀ ਜਨਮ ਪੱਤਰੀ ਲਿਖ ਕੇ ਦੇ ਦਿਓ ਜੀ ਮੈਨੂੰ। ਕੁੰਕਮ ਕਾਗਦ ਕਾਲੂ ਆਨਹੋ, ਗਣਪਤ ਪੂਜਾ ਗ੍ਰਹਿਣ ਸਨ ਮਾਨਹੋ। ਮੈਂ ਤਾਂ ਕਾਲੂ ਜੀ ਨੇ ਕੇਸਰ ਤੇ ਕਾਗਜ਼ ਲਿਆਂਦਾ ਹੈ, ਬ੍ਰਾਹਮਣ ਨੇ ਆਪਣੀ ਰਵਾਇਤ ਸਨਾਤਨ ਧਰਮ ਨਾਲ ਸੰਬੰਧਿਤ ਸੀ ਤਾਂ ਗਣਪਤੀ ਦੀ ਪੂਜਾ ਕੀਤੀ ਹੈ ਜੀ। ਬਾਲਕ ਸ਼ਬਦ ਲੇ ਜੋ ਜਨਮਾ, ਸੂ ਸ਼ਬਦ ਸੁਣਾਓ ਸਰਵਨਮਾ। ਬ੍ਰਾਹਮਣ ਫਿਰ ਕਹਿਣ ਲੱਗਾ, ਹਰਦਿਆਲ ਬ੍ਰਾਹਮਣ ਪੰਡਿਤ, ਵੀ ਜੇ ਸ਼ਬਦ ਜਿਹੜੇ ਬੱਚੇ ਨੇ ਜਨਮ ਲੈਣ ਸਮੇਂ ਜਾਂ ਬੋਲੇ ਆ ਜਾਂ ਜਿੱਦਾਂ ਦੇ ਚੇਨ ਚੱਕਰ ਆ, ਉਹ ਮੇਰੇ ਕੰਨਾਂ ਵਿੱਚ ਪਾਓ। ਕਿਸ ਵਕਤ ਬਾਲਕ ਨੇ ਜਨਮ ਲਿਆ ਉਹ ਸਮਾਂ ਮੈਨੂੰ ਦੱਸੋ, ਵੀ ਦਾਈਏ ਜਾਣਦੀ ਹੁੰਦੀ ਆ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਜਿਹੜੀ ਦਾਈ ਸੀ ਉਹਦਾ ਨਾਂ ਸੀ ਦਾਈ ਦੌਲਤਾਂ। ਮੈਂ ਤਾਂ ਕਾਲੂ ਜੀ ਨੇ ਦਾਈ ਨੂੰ ਤੁਰੰਤ ਬੁਲਾ ਲਿਆ ਕਿ ਉਹਨੂੰ ਸਮੇਂ ਦਾ ਸਭ ਕੁਝ ਪਤਾ ਹੈ। ਨੌਕਰ ਭੇਜ ਕੇ ਸਾਰੀ ਸਮੱਗਰੀ ਮੰਗਾ ਲਈ ਆ ਜੀ, ਅਤੇ ਬ੍ਰਾਹਮਣ ਵੀ ਆ ਗਿਆ ਹੈ। ਗ੍ਰਹਿ ਭਿਖੇਕ ਕੀ ਵਸਤ ਸਭ ਕਾਲੂ ਤਹਿ ਤੇ ਲਿਆਏ। ਗ੍ਰਹਿ ਪੂਜਣ ਦੀਆਂ ਸਾਰੀਆਂ ਵਸਤਾਂ ਮਹਿਤਾ ਕਾਲੂ ਜੀ ਨੇ ਮੰਗਵਾ ਲਈਆਂ ਹਨ। ਬਹਰੋ ਵੈਸਿਓ ਪਾਸ ਬਿਪ ਬਦਨੇ ਬਚਨ ਅਲਾਏ। ਪਰ ਬ੍ਰਾਹਮਣ ਦਾਈ ਤੋਂ ਇਕੱਲੀ ਇਕੱਲੀ ਗੱਲ ਪੁੱਛਦਾ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਇਆ ਉਦੋਂ ਕੀ ਚਿਹਨ ਚੱਕਰ ਜਾਂ ਹਾਲਤ ਸੀ, ਮੈਨੂੰ ਦੱਸਣਾ ਕਰ, ਮੈਂ ਜਨਮ ਪੱਤਰੀ ਬਣਾਉਣੀ ਹੈ। ਘਟੀ ਏਕ ਦੋ ਜਾਮ ਤਰਜਾਮਾ, ਬੀਤੀ ਹੋਤੀ ਸਿਸ ਭਾਵ ਅਬਰਾਮਾ। ਫਿਰ ਇੱਕ ਘੜੀ ਦੋ ਪਹਿਰ ਰਾਤ ਬੀਤੀ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਇਸ ਧਰਤੀ 'ਤੇ ਆਉਣਾ ਹੋਇਆ। ਫਿਰ ਉਹ ਬ੍ਰਾਹਮਣ ਦਾਈ ਨੂੰ ਪੁੱਛਣ ਲੱਗਾ, ਜੀ ਧਾਏ ਬਤਾਵੋ ਸੋ ਤਤਕਾਲਕ, ਵੀ ਮੈਨੂੰ ਦੱਸੋ ਇਹ ਬਾਲਕ ਕਿਵੇਂ ਪੈਦਾ ਹੋਇਆ ਤੇ ਦੌਲਤਾਂ ਕਹਿਣ ਲੱਗੀ ਹੈ। ਬੋਲੀ ਬਚਨ ਦੌਲਤਾ ਦਾਈ, ਸੁਨੋ ਬਿਰਤਾਂਤ ਅਹੋ ਦਜਰਾਈ। ਦੌਲਤਾਂ ਕਹਿਣ ਲੱਗੀ, ਅੱਖਾਂ 'ਚ ਉਹਦੇ ਬਰਾਗ ਆ ਗਿਆ। ਕਹਿਣ ਲੱਗੀ, ਹੇ ਬ੍ਰਾਹਮਣਾਂ ਦੇ ਰਾਜੇ ਪੰਡਿਤ ਜੀ, ਇਹ ਬਿਰਤਾਂਤ ਮੈਥੋਂ ਸੁਣੋ ਜੀ ਆਪ। ਬਹੁ ਸਿਸ ਜਨਮੇ ਮਮ ਕਰ ਮਾਹੀ, ਇਹ ਅਚਰਜ ਕਬ ਦੇਖਿਓ ਨਾਹੀ। ਬਹੁਤ ਬੱਚਿਆਂ ਨੇ ਮੇਰੇ ਹੱਥਾਂ 'ਚ ਜਨਮ ਲਿਆ, ਪਰ ਮੈਂ ਅਜਿਹਾ ਕੌਤਕ ਪਹਿਲਾਂ ਨਹੀਂ ਕਦੀ ਦੇਖਿਆ, ਕਿਉਂਕਿ ਮੈਂ ਤਾਂ ਹੁਣ ਬਹੁਤ ਸਾਲ ਹੋ ਗਏ ਮੈਨੂੰ ਇਹ ਸੇਵਾ ਨਿਭਾਉਂਦੀ ਨੂੰ ਅਤੇ ਇਹ ਜਣੇਪੇ ਕਰਵਾਉਂਦੀ ਨੂੰ, ਪਰ ਮੈਂ ਇਹ ਕੌਤਕ ਪਹਿਲੀ ਵਾਰੀ ਹੁੰਦਾ ਦੇਖਿਆ ਹੈ ਜੀ। ਦੀਰਘ ਨਰ ਜਿਉਂ ਬਿਗਸ ਮਿਲੇ ਹੈ, ਤਿਉਂ ਇਨ ਕੀਨੇ ਸ਼ਬਦ ਭਲੇ ਹੈ। ਦੁਨੀਆਂ 'ਤੇ ਜਿੰਨੇ ਬੱਚੇ ਪੈਦਾ ਹੁੰਦੇ ਆ, ਤੁਹਾਨੂੰ ਵੀ ਪਤਾ, ਆਪ ਜੀ ਸਿਆਣੇ ਹੋ, ਰੋਂਦੇ ਹੀ ਆਉਂਦੇ ਆ, ਰੋਂਦੇ ਜਨਮ ਲੈਂਦੇ ਆ, ਪਰ ਇਹ ਬਾਲਕ ਨੇ ਕੋਈ ਹੋਰ ਕਲਾ ਵਰਤਾ ਦਿੱਤੀ ਹੈ ਜੀ। ਸ਼ੁਭ ਲੱਛਣ ਸ਼ੁਭ ਅੰਗਨ ਮਾਹੀ, ਆਨ ਨਰ ਨ ਜਿਉਂ ਨਰ ਇਹ ਨਾਹੀ। ਇਹ ਬੱਚੇ ਵਿੱਚ ਜਿਹੜੇ ਮੈਂ ਲੱਛਣ ਜਾਂ ਅੰਗ ਤੱਕੇ ਆ, ਇਹ ਬੱਚਾ ਹੋਰਾਂ ਬਾਲਕਾਂ ਵਰਗਾ ਨਹੀਂ, ਇਹ ਸਧਾਰਨ ਬੱਚਾ ਨਹੀਂ। ਦੁਨੀਆਂ 'ਤੇ ਬੱਚੇ ਰੋਂਦੇ ਜਨਮ ਲੈਂਦੇ ਆ, ਇੱਕ ਸੰਕੇਤ ਹੁੰਦਾ ਦੂਜਿਆਂ ਨੂੰ ਵੀ ਰਵਾਉਣਗੇ,
ਪਰ ਇਹ ਹੱਸਦਾ ਹੀ ਬਾਲਕ ਪੈਦਾ ਹੋਇਆ ਹੈ। ਸੁਣ ਦਿਜਬਰ ਸਭ ਬਚਨ ਕੋ ਜੋਤਿ ਸ਼ਕੀਨ ਵਿਚਾਰ। ਸਾਰੀਆਂ ਗੱਲਾਂ ਸੁਣ ਕੇ ਬ੍ਰਾਹਮਣ ਜੀ ਨੇ ਜੋਤਿ ਸ਼ਬਦੀ ਪੜ੍ਹੀ ਅਤੇ ਉਹ ਸਾਰੀ ਕਿਤਾਬ ਖੋਲ੍ਹ ਕੇ ਫਰੋਲਣੀ ਕੀਤੀ ਹੈ ਜੀ। ਸ਼ੁਭ ਨਛੱਤਰ ਸ਼ੁਭ ਕਾਲ ਮਹਿ ਸ਼ੁਭ ਥਿਤ ਪੁਨ ਸ਼ੁਭ ਵਾਰ। ਅਤੇ ਉਹਨੇ ਸਾਰੇ ਨਛੱਤਰ ਥਿਤ ਵਾਰ ਸਾਰੀਆਂ ਚੀਜ਼ਾਂ ਵਿਚਾਰੀਆਂ। ਕਹਿਣ ਲੱਗਾ ਪਟਵਾਰੀ ਸਾਹਿਬ ਜੀ, ਮੈਂ ਤਾਂ ਕਾਲੂ ਜੀ ਨੂੰ ਆਖਿਆ ਵੀ ਇਹ ਬਾਲਕ ਤਾਂ ਕੋਈ ਅਵਤਾਰ ਆ, ਤੁਹਾਡੇ ਵੱਡੇ ਭਾਗ ਆ, ਇਹ ਭਾਰੀ ਗੁਰੂ ਬਣੇਗਾ। ਇਸ ਤਰ੍ਹਾਂ ਉਹਨੇ ਕਈ ਬਚਨ ਕੀਤੇ ਵੀ ਜਿਵੇਂ ਦੁਨੀਆਂ ਵਿੱਚ ਅਵਤਾਰ ਧਾਰਨ ਜੁਗਾਂ ਜੁਗਾਂ ਵਿੱਚ ਕੀਤੇ ਆ ਪਰਮੇਸ਼ਰ ਨੇ। ਮੈਨੂੰ ਤਾਂ ਇਉਂ ਲੱਗਦਾ ਵੀ ਸਾਰੇ ਚੇਹਨ ਚੱਕਰ ਇਹ ਕੋਈ ਅਵਤਾਰੀ ਪੁਰਖ ਦੇ ਹੀ ਲੱਗਦੇ ਹਨ ਜੀ। ਕਾਲੂ ਸੋ ਪੁਨ ਦਿਜ ਕਹੀ ਬਾਲਕ ਮੋਹੇ ਦਿਖਾਏ। ਫਿਰ ਬ੍ਰਾਹਮਣ ਕਹਿਣ ਲੱਗਾ ਵੀ ਬੇਨਤੀ ਮੇਰੀ ਇਹ ਆ ਵੀ ਜਿਸ ਤਰ੍ਹਾਂ ਇਹ ਦੌਲਤਾਂ ਦਾਈ ਨੇ ਆਖਿਆ ਵੀ ਜਾਂ ਤਾਂ ਇਹ ਕੋਈ ਚੱਕਰਵਰਤੀ ਪਾਤਸ਼ਾਹ ਹੋਊਗਾ ਵੱਡਾ ਹੋ ਕੇ, ਜਿਵੇਂ ਬ੍ਰਾਹਮਣ ਭਵਿੱਖਬਾਣੀ ਕਰਦੇ ਸੀ, ਇਹ ਦਿੱਗ ਵਿਜੈ ਪ੍ਰਾਪਤ ਕਰੂਗਾ, ਚਾਰਾਂ ਦਿਸ਼ਾਵਾਂ 'ਚ ਇਹਦਾ ਨਾਮ ਹੋਵੇਗਾ, ਕਿਰਪਾ ਕਰੋ ਮੈਨੂੰ ਦਰਸ਼ਨ ਤਾਂ ਕਰਵਾ ਦਿਓ ਬਾਲਕ ਦੇ ਜੀ। ਸੁਣ ਕਰ ਦਾਈ ਦੌਲਤਾਂ ਲੈਨੇ ਸਪਦ ਬੁਲਾਏ। ਫਿਰ ਦਾਈ ਦੌਲਤਾਂ ਨੂੰ ਛੇਤੀ ਛੇਤੀ ਕੋਲ ਬੁਲਾ ਲਿਆ ਹੈ। ਬਾਲਕ ਆਨ ਵਿਪਰ ਕੇ ਪਾਸਾ ਧਾਏ ਗਈ ਸੁਨ ਮੱਧ ਅਬਾਸਾ। ਇਵੇਂ ਫਿਰ ਕਹਿਣ ਲੱਗੇ ਹਨ ਵੀ ਦਾਈ ਦੌਲਤਾਂ ਬ੍ਰਾਹਮਣ ਜੀ ਨੂੰ ਨਾ ਬਾਲਕ ਦੇ ਦਰਸ਼ਨ ਕਰਵਾ ਦਿਓ। ਜਾਚਿਓ ਬਾਲਕ ਜਨਨ ਨ ਦੇਈ ਜੋ ਕਿਰਪਨ ਧਨ ਪ੍ਰੀਤ ਰਖੇਈ। ਅੰਦਰ ਹੁਣ ਮਾਤਾ ਤ੍ਰਿਪਤਾ ਦੇਵੀ ਜੀ ਹਨ, ਉਹਨਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀ ਦੇ ਪਾਤਸ਼ਾਹ ਜੀ ਬਾਲਕ ਰੂਪ ਦੇ ਵਿੱਚ ਮਹਾਰਾਜ ਲੇਟੇ ਹੋਏ ਆ। ਅਤੇ ਹੁਣ ਜਦੋਂ ਦੌਲਤਾਂ ਆਖਦੀ ਆ ਵੀ ਇਹ ਬੱਚੇ ਦੇ ਦਰਸ਼ਨ ਕਰਵਾਉਣੇ ਆ ਬ੍ਰਾਹਮਣ ਨੂੰ, ਪਰ ਮਾਤਾ ਜੀ ਨੇ ਇਨਕਾਰ ਕਰ ਦਿੱਤਾ ਹੈ ਜੀ। ਕਹੇ ਸਰਦ ਰੁੱਤ ਸਰਦੀ ਲਾਗੇ ਮ੍ਰਿਦਲ ਬਾਲ ਬਾਹਰ ਕਸ ਮੰਗਹੇ। ਅਤੇ ਮਾਤਾ ਜੀ ਕਹਿਣ ਲੱਗੇ ਸਰਦੀ ਦੀ ਰੁੱਤਾ ਬੱਚੇ ਨੂੰ ਠੰਡ ਲੱਗ ਜਾਵੇਗੀ, ਜਿਸ ਤਰ੍ਹਾਂ ਇੱਕ ਮਾਂ ਦਾ ਆਪਣੇ ਪੁੱਤਰ ਨਾਲ ਸਨੇਹ ਹੁੰਦਾ ਹੈ, ਅਤੇ ਉਵੇਂ ਫਿਰ ਮਾਤਾ ਜੀ ਨੇ ਨਾ ਮਨ੍ਹਾ ਕਰ ਦਿੱਤਾ ਹੈ। ਬਹੁਰ ਵਿਦੁਖ ਬਾਰੰਬਾਰਾ ਜਾਚਿਓ ਦਿਓ ਤਾਤ ਅਤ ਪਿਆਰਾ। ਜਦੋਂ ਪੰਡਿਤ ਜੀ ਨੇ ਵਾਰ ਵਾਰ ਆਖਿਆ ਵੀ ਉਹਨੂੰ ਦਰਸ਼ਨ ਕਰਵਾ ਹੀ ਦਿਓ ਬੱਚੇ ਦੇ ਬਾਲਕ ਦੇ, ਇਹਨਾਂ ਕਰਮਾਂ ਵਾਲਾ ਜਿਹਦੇ ਗ੍ਰਹਿ ਨਛੱਤਰ ਵਿੱਚ ਇੰਨਾ ਕੁਝ ਚੰਗਾ ਲਿਖਿਆ ਅਤੇ ਮੈਨੂੰ ਦਰਸ਼ਨ ਤਾਂ ਕਰਨੇ ਬਣਦੇ ਹੀ ਆ। ਵਾਰ ਵਾਰ ਜਦੋਂ ਬੇਨਤੀ ਕੀਤੀ ਮਾਤਾ ਜੀ ਨੇ ਅਖੀਰ ਬੇਨਤੀ ਮੰਨ ਲਈ ਆ ਅਤੇ ਆਪਣੇ ਚੰਦ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰੇ ਪੁੱਤਰ ਨੂੰ ਦਾਈ ਨੂੰ ਦੇ ਦਿੱਤਾ ਹੈ ਜੀ। ਲੇਕਰ ਦੌਲਤ ਬਾਹਰ ਆਈ ਆਨਨ ਆਰਨ ਜਾਤ ਸੁਹਾਈ। ਹੁਣ ਦਾਈ ਦੌਲਤਾਂ ਜਦੋਂ ਬਾਹਰ ਲੈ ਕੇ ਆਈ ਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਕੀਤੇ ਆ, ਛੋਟੇ ਸਰੀਰ 'ਤੇ ਵਿਸ਼ਾਲ ਜੋਤ ਬਿਰਾਜ ਰਹੀ ਆ। ਮਹਾਰਾਜ ਵੱਲ ਤੱਕਿਆ ਬ੍ਰਾਹਮਣ ਨੇ, ਬ੍ਰਾਹਮਣ ਬੜਾ ਸਿਆਣਾ ਸੀ ਗੁਰਮੁਖ, ਕਿਉਂਕਿ ਉਹ ਕੋਈ ਅੱਜ ਦੇ ਜੋਤਸ਼ੀਆਂ ਵਾਂਗ ਪਖੰਡੀ ਨਹੀਂ ਸੀ, ਪੜ੍ਹੀ ਸੀ ਉਹਨੇ ਵਿੱਦਿਆ, ਸਾਰੇ ਅੰਗਾਂ ਚਿੰਨ੍ਹਾਂ ਦੀ ਪਹਿਚਾਣ ਕੀਤੀ। ਬੜਾ ਰੋਮ ਰੋਮ ਉਹਦਾ ਖਿੜ ਗਿਆ, ਪ੍ਰੇਮ ਵਿੱਚ ਆ ਗਿਆ, ਮਹਾਰਾਜ ਨੂੰ ਮੱਥਾ ਟੇਕਿਆ, ਜਿਵੇਂ ਆਪਣੇ ਇਸ਼ਟ ਨੂੰ ਭਗਵਾਨ ਨੂੰ ਮੂਰਤੀਆਂ ਨੂੰ ਮੱਥਾ ਟੇਕਦਾ ਹੁੰਦਾ ਸੀ। ਅੱਜ ਮਹਾਰਾਜ ਜੀ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਗਿਆ। ਗੁਰੂ ਮਹਾਰਾਜ ਜੀ ਦੇ ਲਾਲ ਰੰਗ ਦੇ ਕੋਮਲ ਚਰਨ ਹਨ ਜਿਵੇਂ ਕਮਲ ਦੀਆਂ ਪੰਖੜੀਆਂ ਹੁੰਦੀਆਂ ਨੇ। ਮਹਾਰਾਜ ਜੀ ਦੀਆਂ ਬਾਹਾਂ ਗੋਡਿਆਂ ਤੱਕ ਲੰਮੀਆਂ,
ਮੋਢੇ ਬੜੇ ਸੁੰਦਰ ਤੇ ਉੱਚੇ ਹਨ ਜੀ। ਭੁਜ ਆ ਜਾਨ ਕੰਧ ਸ਼ੁਭ ਉੱਚੇ, ਕਰਜ ਅਰਨ ਜਿਉ ਨਗ ਹੋਏ ਸੂਚੇ। ਮਹਾਰਾਜ ਜੀ ਦੇ ਸੁੰਦਰ ਨੌ ਹਨ, ਜਿਵੇਂ ਕੋਈ ਨਗੀਨੇ ਹੀਰੇ ਹੁੰਦੇ ਚਮਕ ਰਹੇ ਹਨ ਜੀ। ਕਰ ਸ਼ਾਖਾ ਇੱਕ ਸਾਰ ਬਿਸਾਲਾ, ਉਰ ਆਯਤ ਸ਼ੋਭਤ ਸ਼ਬ ਸ਼ਾਲਾ। ਹੱਥਾਂ ਦੀਆਂ ਉਂਗਲਾਂ ਇੱਕੋ ਜਿਹੀਆਂ ਲੰਮੀਆਂ ਹਨ, ਪਾਤਸ਼ਾਹ ਜੀ ਦੀਆਂ ਛਾਤੀ ਚੌੜੀ, ਸ਼ਬ ਬੜੀ ਸੋਭ ਰਹੀ ਹੈ। ਦਾਹਨ ਕਰ ਮਹਿ ਚਮਰ ਬਨਾਵਾ, ਛਤਰ ਬਾਮ ਮਹਿ ਰੁਚਰ ਸੁਹਾਵਾ। ਬ੍ਰਾਹਮਣ ਨੇ ਦੇਖਿਆ ਮਹਾਰਾਜ ਜੀ ਦੇ ਸੱਜੇ ਹੱਥ ਵਿੱਚ ਚੌਰ ਦਾ ਨਿਸ਼ਾਨ ਹੈ, ਖੱਬੇ ਹੱਥ ਵਿਖੇ ਛਤਰ ਸੋਹਣਾ ਲੱਗ ਰਿਹਾ ਹੈ ਜੀ। ਕੋਮਲ ਗੋਲ ਕਪੋਲ ਸੁਹਾਵਨ, ਉਨਤ ਨਾਸਕਾ ਮੋਦ ਬਡਾਵਨ। ਮਹਾਰਾਜ ਜੀ ਦਾ ਨੱਕ ਬਹੁਤ ਸੁੰਦਰ ਹੈ, ਕੋਮਲ ਗੋਲ ਗੋਲ ਗੱਲਾਂ ਬੜੀਆਂ ਪਿਆਰੀਆਂ ਲੱਗ ਰਹੀਆਂ, ਜਿਵੇਂ ਬੱਚੇ ਕੋਮਲਤਾ ਦਾ ਸਰੂਪ ਹੁੰਦੇ ਆ। ਤਾਂ ਬ੍ਰਾਹਮਣ ਅਸ਼ ਅਸ਼ ਕਰਕੇ ਉੱਠ ਖੜਿਆ ਹੈ ਜੀ। ਅਰਦੰ ਚੰਦਰਾਕਾਰ ਲਿਲਾਰੰ, ਧਨ ਪ੍ਰਕੁਟੀ ਸਕਰੁੰਚ ਬਿਨ ਬਾਰੰ। ਮੇਰੇ ਗੁਰਦੇਵ ਜੀ ਦੇ ਮੱਥੇ ਉੱਪਰ ਅੱਧੇ ਚੰਦਰਮਾ ਦਾ ਆਕਾਰ ਹੈ, ਪ੍ਰਵੱਟੇ ਧਨੁੱਖ ਵਰਗੇ ਆ, ਬਹੁਤ ਸੁੰਦਰ ਸਰੂਪ ਹੈ ਗੁਰੂ ਜੀ ਦਾ। ਸੁਨ ਕਾਲੂ ਸੁਤ ਤੋਹੇ ਵਿਚਛਣ, ਇਸ ਮੈਂ ਲਖੇਤ ਬਹੁਤ ਸੁਲੱਛਣ। ਇਹ ਕਹਿਣ ਲੱਗੇ ਮਹਿਤਾ ਕਾਲੂ ਜੀ, ਤੁਹਾਡਾ ਪੁੱਤਰ ਤਾਂ ਬਹੁਤ ਸੁੰਦਰ ਹੈ। ਬ੍ਰਾਹਮਣ ਨੂੰ ਤਾਂ ਇਉਂ ਲੱਗਾ ਵੀ ਇਹ ਬੱਚੇ ਦੇ ਦਰਸ਼ਨ ਕਰਕੇ ਮੇਰਾ ਧਰਤੀ 'ਤੇ ਆਉਣਾ ਸਫਲ ਹੋ ਗਿਆ ਹੈ ਜੀ। ਕਰ ਤਰਵਾ ਇਹ ਊਰ ਦਿਆਈ, ਧਨ ਬਹੁ ਆਏ ਰਖ ਹੇ ਟਿਗ ਨਾਹੀ। ਫਿਰ ਕਹਿਣ ਲੱਗੇ ਦੇਖੋ ਇਹਨਾਂ ਦੇ ਹੱਥ ਦੀ ਤਲੀ ਕਿੰਨੀ ਉੱਚੀ ਆ, ਪੈਸਾ ਤਾਂ ਇਹਨਾਂ ਕੋਲ ਬਹੁਤ ਆਵੇਗਾ, ਕੋਲ ਨਹੀਂ ਰੱਖਣਗੇ। ਬ੍ਰਾਹਮਣ ਨੇ ਇਹ ਭਵਿੱਖਬਾਣੀ ਕੀਤੀ ਸੀ ਅਤੇ ਮਹਾਰਾਜ ਨੇ ਆਪਾਂ ਜਾਣਦੇ ਹਾਂ ਮੋਦੀ ਖਾਨ ਨੇ ਜਦੋਂ ਨੌਕਰੀ ਕੀਤੀ ਆ, ਸਭ ਤੇਰਾ ਹੈ ਵਾਹਿਗੁਰੂ, ਕੁਝ ਵੀ ਨਹੀਂ ਹੈ ਮੇਰਾ ਵਾਹਿਗੁਰੂ। ਗਰੀਬਾਂ 'ਚ ਹੀ ਵੰਡਤਾ ਨਾ, ਪਿਤਾ ਜੀ ਨੇ 20 ਰੁਪਈਏ ਦਿੱਤੇ, 20 ਰਜਤਪਣ ਕਰੰਸੀ ਚੱਲਦੀ ਸੀ ਉਦੋਂ, ਭੁੱਖੇ ਸਾਧੂਆਂ ਨੂੰ ਭੋਜਨ ਖਵਾ ਦਿੱਤਾ। ਇਵੇਂ ਫਿਰ ਆਖਿਆ ਵੀ ਤਲੀ ਉੱਚੀ ਆ, ਪੈਸਾ ਆਵੇਗਾ, ਕੋਲ ਨਹੀਂ ਰੱਖੇਗਾ। ਅਸਲ ਵਿੱਚ ਜੋਤਿਸ਼ ਵਿੱਦਿਆ ਦਾ ਇੱਕ ਗ੍ਰੰਥ ਹੁੰਦਾ, ਸਮੁੰਦਰਿਕ ਗ੍ਰੰਥ ਉਹਨੂੰ ਕਹਿੰਦੇ ਆ। ਇਹ ਵਿੱਦਿਆ ਬੜੀ ਇਹ ਇੱਕ ਗੰਭੀਰ ਹੁੰਦੀ ਆ, ਪੜ੍ਹੀ ਹੋਈ ਸੀਗੀ ਉਹ ਪੰਡਿਤ ਹਰਦਿਆਲ ਜੀ ਨੇ, ਸਾਰੀਆਂ ਗੱਲਾਂ ਦੱਸ ਦਿੱਤੀਆਂ ਵੀ ਇਹ ਤਾਂ ਕੋਈ ਅਵਤਾਰ ਆ। ਬ੍ਰਾਹਮਣ ਨੇ ਦਾਈ ਤੋਂ ਵੀ ਸੰਕੇਤ ਪੁੱਛੇ ਆ, ਆਖਿਆ ਵੀ ਇਹ ਵੇਦਾਂ ਦੀ ਵਿਧੀ ਅਨੁਸਾਰ ਤਾਂ ਬਹੁਤ ਕਰਮਾਂ ਵਾਲਾ ਬਾਲਕ ਆ। ਮਹਿਤਾ ਕਾਲੂ ਜੀ ਕਹਿਣ ਲੱਗੇ ਵੀ ਠੀਕ ਆ, ਪਰ ਆਪਾਂ ਨੂੰ ਬੱਚੇ ਦਾ ਨਾਮ ਰੱਖ ਦੇਣਾ ਚਾਹੀਦਾ ਹੈ, ਵੀ ਜਿਹੜਾ ਚੰਗਾ ਜਿਹਾ ਹੋਵੇ, ਭਲਾ ਹੋਵੇ। ਬ੍ਰਾਹਮਣ ਜੀ ਤੁਸੀਂ ਆਏ ਹੋ, ਸੋਧ ਕੇ ਰੱਖੋ ਇਹਦਾ ਨਾਮ ਬੱਚੇ ਦਾ, ਕਿਰਪਾ ਕਰੋ ਜੀ। ਇਹ ਵਿਦ ਕਹਿ ਦਿਜਬਰ ਗਇਓ, ਜੋਤਿਸ਼ ਕਰਤ ਵਿਚਾਰ। ਉਦੋਂ ਫਿਰ ਉਹ ਕਹਿਣ ਲੱਗੇ ਵੀ ਕੋਈ ਵਿਚਾਰ ਕੇ ਨਾਮ ਰੱਖਿਆ ਜਾਵੇਗਾ। ਬ੍ਰਾਹਮਣ ਨੇ ਆਖਿਆ ਮੈਨੂੰ ਥੋੜ੍ਹਾ ਸੋਚ ਲੈਣ ਦਿਉ, ਜਾਂ ਮੈਂ ਆਪਦੀ ਜੋਤਿਸ਼ 'ਤੇ ਵਿਚਾਰ ਕਰਾਂਗਾ, ਫਿਰ ਇਹ ਬੱਚੇ ਦਾ ਨਾਮ ਰੱਖਾਂਗਾ। ਉਸ ਵਕਤ ਫਿਰ ਆਗਿਆ ਪਾ ਕੇ ਜੋਤਿਸ਼ ਦੀ 'ਤੇ ਵਿਚਾਰ ਕਰਦਾ ਜਿਹੜਾ ਬ੍ਰਾਹਮਣ ਆ ਘਰੇ ਚਲਾ ਗਿਆ ਹੈ, ਅਤੇ ਦਰਵਾਜ਼ੇ ਉੱਪਰ ਬਹੁਤ ਮੰਗਤੇ ਆ ਗਏ ਨੇ ਸਮੇਂ ਵਿੱਚ। ਅਤੇ ਮਹਾਰਾਜ ਜੀ ਦੇ ਪਿਤਾ ਜੀ ਨੇ ਸਾਰਿਆਂ ਨੂੰ ਧਨ ਦਿੱਤਾ, ਮਠਿਆਈ ਛਕਾਈ ਆ, ਸਾਰੇ ਜਾਣੇ ਉੱਥੇ ਆਏ ਆ, ਨੱਚ ਰਹੇ ਆ ਕਈ, ਜਿਵੇਂ ਜਿਵੇਂ ਕਿ ਮੰਗਤੇ ਆ ਕੇ ਨੱਚਣ ਲੱਗ ਜਾਂਦੇ ਆ, ਬਹੁਤ ਉੱਥੇ ਭੀੜ ਹੋ ਗਈ ਆ, ਵੀ ਪਟਵਾਰੀ ਦੇ ਘਰੇ ਪੁੱਤਰ ਪੈਦਾ ਹੋ ਗਿਆ, ਗਰੀਬ ਜਿਹੜੇ ਆਉਣ ਲੱਗੇ ਉੱਥੇ ਵੀ ਹੀਰਾਂ ਘੱਤ ਕੇ। ਤਾਂ ਮਹਾਰਾਜ ਨੂੰ ਵਧਾਈਆਂ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਹੋਣ ਦੀ ਖੁਸ਼ੀ ਵਿੱਚ, ਅਤੇ ਪਟਵਾਰੀ ਜੀ ਅਤੇ ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਦੇ ਰਹੇ ਆ ਲੋਕ।
ਇਸ ਪ੍ਰਕਾਰ ਉੱਥੇ ਬੇਦੀ ਕੁਲ ਦੀ ਰੀਤੀ ਸੀ। ਇਹਨੂੰ ਇਸ ਤਰ੍ਹਾਂ ਤੁਸੀਂ ਲੈਣਾ ਹੈ ਵੀ ਉਦੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦੇ ਹੋਇਆ ਹੀ ਆ। ਗੁਰੂ ਜੀ ਜਦੋਂ 6 ਦਿਨਾਂ ਦੇ ਹੋਏ ਆ, ਹੋਰ ਤਰ੍ਹਾਂ ਦੀ ਰਸਮ ਉਹਨਾਂ ਨੇ ਮਨਾਈ ਆ। 13 ਦਿਨ ਹੋਏ, 13ਵਾਂ ਜਿਵੇਂ ਬੱਚੇ ਦਾ ਕੀਤਾ ਜਾਂਦਾ, ਉਵੇਂ ਫਿਰ ਇਹ ਸਾਰੀ ਖਬਰ ਉੱਥੇ ਹੋਈ ਹੈ। ਤ੍ਰੋਦਸ ਦਿਓ ਸੇ ਸੰਖਿਆ ਕੀਨੀ, ਆਇਓ ਤਿਜ ਕਾਲੂ ਸੁਧ ਦਿਨੀ। ਫਿਰ ਕਹਿੰਦੇ ਹੁਣ ਤਾਂ ਵੀ ਬਾਲਕ ਦੇ ਜਨਮੇ ਨੂੰ 13 ਦਿਨ ਹੋ ਗਿਆ, ਵੀ 13ਵਾਂ ਮਨਾਉਣਾ ਅਤੇ ਨਾਮ ਵੀ ਰੱਖਣਾ, ਗੁਰੂ ਨਾਨਕ ਦੇਵ ਜੀ ਦਾ ਨਾਮ ਰੱਖਣਾ ਚਾਹੀਦਾ। ਫਿਰ ਬ੍ਰਾਹਮਣ ਆ ਗਿਆ, ਉਹਨੇ ਖਬਰ ਦਿੱਤੀ, ਕਹਿਣ ਲੱਗਾ ਹੈ, ਸਿਸ ਕੋ ਨਾਨਕ ਨਾਮ ਤਰੀਜੈ, ਇਸ ਕੀ ਸਰਬਰ ਕੋ ਨਾ ਜਨੀਜੈ। ਕਹਿਣ ਲੱਗਾ ਜੀ, ਮੈਂ ਬਹੁਤ ਅੱਖਰ ਵਿਚਾਰੇ ਆ, ਤੁਸੀਂ ਬਾਲਕ ਦਾ ਨਾਮ ਨਾਨਕ ਰੱਖੋ, ਇਹਦੇ ਬਰਾਬਰ ਹੋਰ ਕੋਈ ਨਾਮ ਨਾ ਜਾਣੂ ਜੀ। ਕੁਝ ਵਿਦਵਾਨ ਇਹ ਮੰਨਦੇ ਆ ਵੀ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਉਹਨਾਂ ਦੇ ਮਾਤਾ ਜੀ ਨੇ ਰੱਖਿਆ। ਕੁਝ ਗ੍ਰੰਥਾਂ ਵਿੱਚ ਕਿਤੇ ਕਿਤੇ ਜ਼ਿਕਰ ਆਉਂਦਾ ਕਿ ਬੇਬੇ ਨਾਨਕੀ ਜੀ ਵੱਡੇ ਸੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ, ਅਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਤਾਂ ਮਾਤਾ ਤ੍ਰਿਪਤਾ ਜੀ ਨੇ ਆਪਣੇ ਪਿਆਰੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਬੇਬੇ ਨਾਨਕੀ ਜੀ ਦੀ ਝੋਲੀ ਵਿੱਚ ਪਾ ਕੇ ਆਖਿਆ, ਇਹ ਨਾਨਕੀ ਦਾ ਵੀਰ ਨਾਨਕ ਹੈ। ਕੁਝ ਗ੍ਰੰਥਾਂ ਦੇ ਮੁਤਾਬਕ ਨਾਮਕਰਨ ਮਾਤਾ ਜੀ ਨੇ ਕਰ ਦਿੱਤਾ, ਨਾਨਕਿਆਂ ਦੇ ਘਰ ਧੀ ਜਨਮੀ, ਨਾਮ ਉਹਦਾ ਨਾਨਕੀ, ਅਤੇ ਨਾਨਕੀ ਦਾ ਵੀਰ ਨਾਨਕ। ਪਰ ਜਿਹੜੀ ਨਾਨਕ ਪ੍ਰਕਾਸ਼ ਵਿੱਚ ਗ੍ਰੰਥ ਵਿੱਚ ਕਥਾ ਲਿਖੀ ਆ, ਉੱਥੇ ਕਵੀਰਾਜ ਜੀ ਕਹਿੰਦੇ ਬ੍ਰਾਹਮਣ ਨੇ ਵਿਚਾਰਿਆ ਸੀ ਵੀ ਨਾਨਕ ਨਾਮ ਬੜਾ ਸੁੰਦਰ ਆ, ਇਹਦੇ ਅੱਖਰੀ ਅਰਥ ਆ ਨਾ ਅਨੇਕ ਨੂੰ ਤੋੜ ਕੇ ਪੜ੍ਹੀਏ, ਜਿਹਦੇ ਵਿੱਚ ਅਨੇਕਤਾ ਨਹੀਂ ਏਕਤਾ, ਜਿਹੜਾ ਆਪ ਸਾਰਿਆਂ ਨੂੰ ਜੋੜੇਗਾ, ਸਾਰਿਆਂ ਨੂੰ ਨਾਲ ਲੈ ਕੇ ਚੱਲੇਗਾ, ਖੱਤਰੀ ਬ੍ਰਾਹਮਣ ਸੂਦਰ ਵੈਸ਼, ਜਿਹਦੇ ਲਈ ਨਾਨਕ ਉੱਤਮ ਨੀਚ ਨਾ ਕੋਏ, ਸਾਰੇ ਇੱਕ ਹੀ ਹੋਣਗੇ, ਜਿਹੜਾ ਸਾਰਿਆਂ ਨੂੰ ਪਿਆਰ ਕਰੇਗਾ, ਸਭ ਨੂੰ ਗਲ ਨਾਲ ਲਾਵੇਗਾ, ਜਿਹਨੂੰ ਲੋਕ ਕਹਿਣਗੇ ਹਿੰਦੂਓਂ ਕਾ ਗੁਰੂ, ਮੁਸਲਮਾਨੋਂ ਕਾ ਪੀਰ, ਨਾਨਕ ਸ਼ਾਹ ਫਕੀਰ। ਤਾਂ ਜਦੋਂ ਬ੍ਰਾਹਮਣ ਨੇ ਆਖ ਦਿੱਤਾ ਨਾ ਵੀ ਇਹ ਨਾਮ ਜਿਹੜਾ ਨਾਨਕ ਰੱਖ ਦਿਉ, ਅਤੇ ਪੰਡਿਤ ਜੀ ਨੇ ਕਹਿ ਤਾਂ ਦਿੱਤਾ, ਪਰ ਮਹਿਤਾ ਕਾਲੂ ਜੀ ਕਹਿੰਦੇ ਵੀ ਮੈਨੂੰ ਇਹ ਰਲਿਆ ਮਿਲਿਆ ਜਿਹਾ ਲੱਗਦਾ ਨਾ, ਰਲ ਮਿਲ ਨਾਮ ਸੋ ਤੁਰਕਣ ਹਿੰਦੂ, ਵੀ ਮੈਨੂੰ ਤਾਂ ਇਹ ਇਉਂ ਲੱਗਦਾ ਵੀ ਥੋੜ੍ਹਾ ਜਿਹਾ ਅੱਧਾ ਨਾਮ ਮੁਸਲਮਾਨਾਂ ਦਾ ਵਾ, ਅੱਧਾ ਨਾਮ ਬ੍ਰਾਹਮਣਾਂ ਦਾ, ਕੋਈ ਹੋਰ ਰੱਖਣਾ ਕਰੋ ਜੀ। ਅਵਰ ਨਾਮ ਕੋ ਸੋਧ ਤਰੀਜੈ, ਹਿਰਦੈ ਸ਼ੁਭਾ ਸ਼ੁਭ ਤੇਵ ਲਖੀਜੈ। ਪਿਤਾ ਜੀ ਨੂੰ ਪਹਿਲੀ ਵਾਰੀ ਭਾਵ ਨਾਮ ਉਹ ਜਿਵੇਂ ਸੁਣਦੇ ਹਾਂ ਕਈ ਵਾਰੀ ਆਪਾਂ ਬੱਚਿਆਂ ਦੇ ਨਾਂ ਰੱਖਦੇ, ਨਹੀਂ ਇਹ ਨਹੀਂ ਹੋਰ ਰੱਖ ਲਈਏ, ਮਨ 'ਚ ਸੀਗੀ, ਕਹਿੰਦੇ ਥੋੜ੍ਹਾ ਜਿਹਾ ਨਾਮ ਸੋਧ ਲਓ, ਹੋਰ ਕੋਈ ਨਾਮ ਰੱਖ ਦਿੰਦੇ ਹਾਂ ਬ੍ਰਾਹਮਣ ਜੀ। ਜੋ ਖੱਤਰੀ ਕੇ ਕੁਲ ਭਲ ਲਾਗੈ, ਧਰੋ ਨਾਮ ਅਸ ਵਿਪਰ ਸੁਭਾਗੈ। ਕਹਿੰਦੇ ਜੀ ਭਾਗਾਂ ਵਾਲੇ ਪੰਡਿਤ ਢੁਕਵਾਂ ਜਿਹਾ ਨਾਮ ਕੋਈ ਹੋਰ ਸੁਣਾਓ ਜੀ, ਕੀ ਰੱਖ ਸਕਦੇ ਹਾਂ। ਪੂਰਬ ਰੱਖੇ ਨਾਮ ਜੇ ਪਛ ਹਿੰਦੂਆਂ ਜੋਏ। ਕਹਿੰਦੇ ਹਿੰਦੂਆਂ ਵਿੱਚ ਜਿਹੜੇ ਪਹਿਲੇ ਨਾਮ ਰੱਖੇ ਜਾਂਦੇ ਸੀ, ਕੋਈ ਉਹੋ ਜਿਹੇ ਨਾਮ ਹੈ ਨਹੀਂ, ਤਾਂ ਉਹ ਆਪਾਂ ਰੱਖ ਦਿੰਦੇ ਹਾਂ। ਸੋ ਤੁਮ ਹਿਰਦੈ ਵਿਚਾਰ ਕੈ, ਕਹੋ ਨਾ ਤਰਕੈ ਕੋਏ। ਇਹ ਗੱਲ ਸੁਣ ਕੇ ਬ੍ਰਾਹਮਣ ਨੇ ਬਚਨ ਕੀਤਾ, ਜੀ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣੋ ਪਟਵਾਰੀ ਸਾਹਿਬ, ਇਹ ਤੁਹਾਡਾ ਪੁੱਤਰ ਤਾਂ ਵੱਡਾ ਅਵਤਾਰ ਆ, ਜਿਵੇਂ ਕਿ ਵੱਖ ਵੱਖ ਯੁੱਗਾਂ ਵਿੱਚ ਅਵਤਾਰ ਧਾਰਨ ਕੀਤੇ ਆ, ਸ਼੍ਰੀ ਰਾਮ ਚੰਦਰ ਜੀ ਆਏ ਆ ਤ੍ਰੇਤੇ ਯੁੱਗ ਵਿੱਚ, ਦੁਆਪਰ ਵਿੱਚ ਸ਼੍ਰੀ ਕ੍ਰਿਸ਼ਨ ਜੀ ਦਾ ਆਉਣਾ ਹੋਇਆ, ਉਹਨਾਂ ਨੂੰ ਹਿੰਦੂ ਸਨਾਤਨ ਧਰਮ ਦੇ ਲੋਕ ਪੂਜਦੇ ਆ, ਪਰ ਤੁਰਕ ਨਹੀਂ ਮੰਨਦੇ, ਮੁਸਲਮਾਨ ਆਪਣੇ ਇਸ਼ਟ ਨਹੀਂ ਮੰਨਦੇ ਹੈਗੇ, ਹਾਂ ਹਿੰਦੂਆਂ ਲਈ ਉਹ ਸਭ ਕੁਝ ਆ, ਪਰ ਤੁਹਾਡਾ ਜਿਹੜਾ ਬੱਚਾ, ਮੈਨੂੰ ਪਤਾ
ਮੈਂ ਸਮੁੰਦਰਕ ਗ੍ਰੰਥ ਪੜ੍ਹਿਆ। ਇਹਨੂੰ ਹਿੰਦੂ ਵੀ ਮੰਨਣਗੇ, ਮੁਸਲਮਾਨ ਵੀ ਮੰਨਣਗੇ, ਕਹਿਣਗੇ ਸਾਡਾ ਹਿੰਦੂ ਕਹਿਣਗੇ ਸਾਡਾ ਗੁਰੂ ਆ, ਮੁਸਲਮਾਨ ਕਹਿਣਗੇ ਸਾਡਾ ਪੀਰ ਆ। ਇਹ ਤਾਂ ਨਾਮ ਦੇ ਜਹਾਜ਼ ਆ। ਇਸ ਕਰਕੇ ਤੁਸੀਂ ਸੋਚੋ ਨਾ ਜੀ ਬਾਲਾ, ਇਹ ਨਾਮ ਬਹੁਤ ਸੋਹਣਾ ਹੈ, ਸੁੰਦਰ। ਇਹ ਨਾਨਕ ਨਾਮ ਹੀ ਤੁਸੀਂ ਰੱਖ ਦਿਓ, ਇਹਨੂੰ ਹਿੰਦੂ ਵੀ ਲਿਆ ਕਰਨਗੇ ਅਤੇ ਮੁਸਲਮਾਨ ਵੀ। ਸੱਚ ਕਰਕੇ ਜਾਣੂ ਸਾਧ ਸੰਗਤ ਜੀ, ਅੱਜ ਗੁਰੂ ਨਾਨਕ ਸਾਹਿਬ ਜੀ ਨੂੰ ਸਾਰੀ ਇਸ ਤਰ੍ਹਾਂ ਆਖਦੇ ਆ, ਹਿੰਦੂਓਂ ਕਾ ਗੁਰੂ, ਮੁਸਲਮਾਨੋਂ ਕਾ ਫੀਰ, ਮੁਸਲਮਾਨੋਂ ਕਾ ਪੀਰ, ਬਾਬਾ ਨਾਨਕ ਸ਼ਾਹ ਫਕੀਰ। ਤਾਂ ਜਨਮ ਪੱਤਰੀ ਵਿੱਚ ਫਿਰ ਉਹਨੇ ਲਿਖ ਦਿੱਤਾ ਵੀ ਨਾਨਕ ਨਾਮ ਬੜਾ ਸੋਹਣਾ ਹੈ। ਵੀ ਮੇਰੀਆਂ ਗੱਲਾਂ ਨੂੰ ਐਵੇਂ ਨਾ ਜਾਣੋ ਵੀ ਮੈਂ ਪੈਸਾ ਨਹੀਂ ਤੁਹਾਡੇ ਤੋਂ ਕੋਈ ਲੈਣਾ, ਇਹ ਬੱਚੇ ਦੇ ਦਰਸ਼ਨ ਹੀ ਕਰਕੇ ਮੈਂ ਧੰਨ ਹੋ ਗਿਆ। ਪਹਿਲਾ ਜਿਹੜਾ ਨੰਨਾ ਅੱਖਰ ਆ ਅਤੇ ਉਹਦਾ ਅਰਥ ਹੈ ਪੁਰਖ, ਤਾਂ ਕਵੀ ਜੀ ਨੇ ਬੜਾ ਸੁੰਦਰ ਬਿਆਨ ਕੀਤਾ। ਆਓ ਆਪਾਂ ਸਾਰੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਨਾਂ ਦਾ ਅੱਖਰ ਆ ਨਾ, ਇਹਦੇ ਅਰਥ ਸਮਝ ਕੇ ਸਮਾਪਤੀ ਕਰੀਏ ਜੀ। ਪਰਾਕ ਜੋ ਨਕਾਰ ਨਾ ਪਮਾਨ, ਆਬ ਦਾਨ ਜਾਨ, ਤਾਹੂ ਤੇ ਆਕਾਰ ਲੈ ਅਨਕ ਪੁਨ ਤੀਨ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਸਮਝਾਉਣ ਲੱਗੇ ਬ੍ਰਾਹਮਣ ਜੀ, ਭਾਵੇਂ ਥੋੜ੍ਹਾ ਡੂੰਘਾ ਹੋ ਜਾਵੇਗਾ, ਪਰ ਆਪ ਜੀ ਨੇ ਬੜੇ ਤਹੱਮਲ ਨਾਲ ਨਾਨਕ ਨਾਂ ਦੇ ਅਰਥ ਸਰਵਣ ਕਰੋ ਜੀ। ਨੰਨਾ ਅੱਖਰ ਹੈ, ਉਹਦਾ ਅਰਥ ਹੈ ਪੁਰਖ। ਇਸ ਪਹਿਲੇ ਨੰਨੇ ਦੇ ਕੰਨੇ ਨੂੰ ਐੜਾ ਸਮਝ ਲਓ, ਇੰਜ ਸਮਝ ਲਓ ਅਨਕ ਪਦ ਵੱਧ ਗਿਆ, ਅਤੇ ਇਹ ਪਦ ਦੇ ਵਿੱਚ ਆਏ ਦੂਜੇ ਨੰਨੇ ਵਿੱਚ ਦੂਜਾ ਐੜਾ ਹੈ, ਉਹ ਬਣ ਗਿਆ ਅਨ ਅੱਕ, ਭਾਵ ਕਿ ਦੋ ਪਦ ਬਣ ਗਏ ਆ, ਚਾਰ ਅੱਖਰ ਹੋ ਗਏ ਆ। ਅੱਕ ਦਾ ਅਰਥ ਹੈ ਦੁੱਖ, ਅਨ ਦਾ ਅਰਥ ਹੈ ਨਹੀਂ, ਭਾਵ ਅਰਥ ਹੋ ਗਿਆ ਜਿਹਨੂੰ ਕੋਈ ਦੁੱਖ ਹੀ ਨਹੀਂ, ਜੋ ਆਨੰਦ ਦਾ ਸਰੂਪ ਹੈ। ਦੂਸਰੇ ਨਕਾਰ ਤੇ ਨਕਾਰ ਹੈ ਆਕਾਰ ਕਰ, ਭਇਓ ਅਨੇ ਆਕ ਚਾਰ ਬਰਨ ਸੋ ਕੀਨ ਹੈ। ਅੱਕ ਨਾਮ ਦੁੱਖ ਕੋ ਵਿਦਤ ਹੈ ਜਗਤ ਮਦ, ਜਾ ਨਰ ਕੋ ਨਹੀਂ ਦੁੱਖ ਸਦਾ ਦੁੱਖ ਲੀਨ ਹੈ। ਐਸੋ ਏ ਨਾਨਕ ਕੇ ਨਾਮ ਕੋ ਅਰਥ ਚੀਨ, ਸਤ ਚਿਦਾ ਆਨੰਦ ਨਿਤ ਭਗਤ ਅਧੀਨ ਹੈ। ਤਾਂ ਇਹ ਸਤ ਚਿਤ ਆਨੰਦ ਹਨ, ਸਦਾ ਹੀ ਇਹਨਾਂ ਨੂੰ ਵਿਗਾਸ ਹੋਵੇਗਾ, ਔਸਤ ਨਿੰਦਿਆ ਤੋਂ ਉੱਪਰ ਹੋਣਗੇ। ਬ੍ਰਾਹਮਣ ਨੇ ਜਦੋਂ ਅਰਥ ਕਰਕੇ ਦੱਸਿਆ, ਮਹਿਤਾ ਕਾਲੂ ਜੀ ਬਹੁਤ ਪ੍ਰਸੰਨ ਹੋ ਗਏ ਅਤੇ ਬ੍ਰਾਹਮਣ ਦੀ ਝੋਲੀ ਭਰ ਦਿੱਤੀ। ਭੇਟਾ ਪ੍ਰਾਪਤ ਕਰਕੇ ਬ੍ਰਾਹਮਣ ਘਰ ਨੂੰ ਚਲਾ ਗਿਆ ਅਤੇ ਘਰ ਜਾਂਦਿਆਂ ਬੜਾ ਦੁਖੀ ਹੋ ਗਿਆ ਬ੍ਰਾਹਮਣ। ਕਹਿੰਦਾ, ਮੇਰਾ ਸਰੀਰ ਬੁੱਢਾ ਹੋ ਗਿਆ, ਉਮਰ ਗੁਜ਼ਰ ਗਈ ਆ, ਪਤਾ ਨਹੀਂ ਜਦੋਂ ਗੁਰੂ ਨਾਨਕ ਸਾਹਿਬ ਜੀ ਵੱਡੇ ਹੋਣਗੇ ਉਹਨਾਂ ਦੇ ਕਰਾਮਾਤ, ਉਹਨਾਂ ਦੇ ਕੌਤਕ ਮੈਂ ਦੇਖ ਸਕੂੰਗਾ ਕਿ ਨਹੀਂ, ਪਤਾ ਨਹੀਂ ਮੈਂ ਦੁਨੀਆ ਵਿੱਚ ਹੋਊਂਗਾ ਕਿ ਨਹੀਂ। ਪਰ ਫਿਰ ਆਪਦੇ ਆਪ ਨੂੰ ਕੋਸਣ ਲੱਗਾ, ਚਲੋ ਕੋਈ ਨਹੀਂ, ਫਿਰ ਵੀ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਤਾਂ ਕਰ ਲਏ ਆ ਨਾ, ਫਿਰ ਜਾਣਿਆ ਵੀ ਸੱਚੇ ਪਾਤਸ਼ਾਹ ਜੀ ਦਿਲ ਦੀਆਂ ਜਾਣਦੇ ਆ, ਜ਼ਰੂਰ ਮੇਰੀ ਉਮਰ ਹੋਵੇਗੀ ਅਤੇ ਮੈਂ ਦੇਖਾਂਗਾ। ਤਾਂ ਇਹ ਮਨੋਰਥ ਜਿਹੜਾ ਧਾਰਨ ਕਰਕੇ ਨਾਮਕਰਨ, ਕਈ ਕਹਿੰਦੇ ਆ ਵੀ ਬ੍ਰਾਹਮਣ ਨੇ ਕੀਤਾ, ਮਸਕੀਨ ਸਾਹਿਬ ਜੀ ਆਪਣੀ ਕਥਾ ਵਿੱਚ ਦੱਸਦੇ ਹੁੰਦੇ ਸੀ ਵੀ ਇਹ ਨਾਮ ਜਿਹੜਾ ਉਹ ਮਾਤਾ ਜੀ ਨੇ ਰੱਖ ਦਿੱਤਾ ਸੀ। ਤਾਂ ਇਸ ਤਰ੍ਹਾਂ ਭਾਈ ਸਮਾਂ ਗੁਜ਼ਰਿਆ, ਦੀਨ ਦੁਨੀ ਦੇ ਪਾਤਸ਼ਾਹ ਜੀ ਵੱਡੇ ਹੋਏ, ਬਾਬੇ ਨੇ ਫਿਰ ਮੱਝੀਆਂ ਵੀ ਚਾਰੀਆਂ, ਪਾਂਧੇ ਕੋਲ ਪੜ੍ਹਨ ਵੀ ਗਏ ਸੀ 7 ਸਾਲ ਦੀ ਉਮਰ ਵਿੱਚ। 18 ਸਾਲ ਦੀ ਉਮਰ ਵਿੱਚ ਮਹਾਰਾਜ ਦੀ ਸ਼ਾਦੀ ਹੋਈ ਮਾਤਾ ਸੁਲੱਖਣੀ ਜੀ ਦੇ ਨਾਲ, 2 ਪੁੱਤਰ ਬਾਬਾ ਸ੍ਰੀ ਚੰਦ ਜੀ, ਲਖਮੀ ਦਾਸ ਜੀ ਪੈਦਾ ਹੋਏ ਆ। ਬਾਬੇ ਨੇ ਮੋਦੀਖਾਨਾ ਸੰਭਾਲਿਆ, ਭਾਈ ਮਰਦਾਨੇ ਜੀ ਦਾ ਨਾਮ ਮਰਜਾਣਾ ਤੋਂ ਮਰਦਾਨਾ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਪ੍ਰੇਮ ਦੇ ਨਾਲ ਉਹਨਾਂ ਨੇ ਸੇਵਾ ਲਾਈ। ਬਾਬੇ ਤਾਰੇ 4 ਚੱਕ, 4 ਉਦਾਸੀਆਂ ਕੀਤੀਆਂ,
82,000 ਦਾ ਕਿਲੋਮੀਟਰ ਦੀ ਯਾਤਰਾ ਕਰਕੇ ਆਖਰਕਾਰ ਕਰਤਾਰਪੁਰ ਕਰਤਾ ਵਸੈ। ਪਾਕਿਸਤਾਨ ਦੀ ਧਰਤੀ 'ਤੇ ਜੋ ਕਰਤਾਰਪੁਰ ਸਾਹਿਬ, ਉੱਥੇ 18 ਸਾਲ ਹਲ ਵਾਹਿਆ, ਗੱਦੀ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦੇ ਦਿੱਤੀ, ਜੋਤੀ ਜੋਤ ਮਹਾਰਾਜ ਸਮਾ ਗਏ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਭਾਈ ਅੱਜ ਪ੍ਰਕਾਸ਼ ਪੁਰਬ ਹੈ। ਸਰਬੱਤ ਸੰਗਤਾਂ ਨੂੰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਗੁਰੂ ਸਾਹਿਬ ਤੋਂ ਸਿੱਖਿਆ ਲਈਏ ਆਪਾਂ ਵੀ ਸਭਨਾਂ ਨਾਲ ਪਿਆਰ ਕਰੀਏ। ਮਹਾਰਾਜ ਤੋਂ ਪੁੱਛਿਆ ਸੀ ਕਿਸੇ ਨੇ, ਤੁਹਾਡਾ ਧਰਮ ਕੀ ਆ? ਗੁਰੂ ਜੀ ਨੇ ਆਖਿਆ, ਸਭ ਦੇ ਨਾਲ ਚੱਲਣਾ ਅਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚਲਾਉਣਾ ਸੱਚੇ ਮਾਰਗ 'ਤੇ, ਇਹੀ ਸਾਡਾ ਧਰਮ ਆ ਭਾਈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਸ਼ੁਕਰਾਨਾ ਹੀ ਕਰੀਏ। ਸਿੱਖ ਧਰਮ ਵਿੱਚ ਜਨਮ ਹੋ ਕੇ ਜਿਹੜੇ ਬੱਚੇ ਕੇਸ ਕਟਾ ਰਹੇ ਆ, ਸਿੱਖਿਆ ਲਓ ਭਾਈ, ਕੇਸ ਰੱਖੋ, ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। ਕਥਾ ਵਿਚਾਰਦੇ ਅੱਕਣੀ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਦੀ ਸੰਗਤ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਹੀ ਕਰਨ ਜੀ। ਆਓ ਰਲ ਮਿਲ ਕੇ ਗੁਰੂ ਮਹਾਰਾਜ ਜੀ ਦਾ ਜੋ ਪਾਵਨ ਸ਼ਬਦ ਹੈ, ਸਤਿਗੁਰ ਨਾਨਕ ਪ੍ਰਗਟਿਆ, ਉਹ ਕਹਿ ਕੇ ਆਪਾਂ ਸੰਪੂਰਨ ਸ਼ਬਦ ਸਮਾਪਤੀ ਕਰੀਏ ਜੀ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ, ਸਿੰਘ ਮੁਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋਆ। ਜਿੱਥੇ ਬਾਬਾ ਪੈਰ ਧਰ, ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ, ਨਾਨਕ ਆਦਿ ਮਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਥਮੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।